ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲ ਕਰਨੀ ਆ ਉਹ 51 ਗਾਹਬੇ ਖੁਸ਼ਪੁਰ ਦੀ ਗੱਲ ਕਰਨੀ ਆ। ਇਹ ਸੂਬਾ ਪੰਜਾਬ ਦਾ ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦਾ ਅਬਾਈ ਗਾਓਂ ਏ। ਇਸ ਪਿੰਡ ਦੇ ਵਿੱਚ ਅਕਸਰੀਅਤ ਜਿਹੜੀ ਆ ਉਹ ਮਸੀਹ ਬਰਾਦਰੀ ਬੈਠੀ ਹੋਈ ਹੈ। ਤਕਰੀਬਨ 25 ਤੋਂ 30 ਜਾਂ 35 ਘਰ ਸਿਰਫ ਮੁਸਲਮਾਨਾਂ ਦੇ ਹੋਣਗੇ। ਇਹ ਜਿਹੜੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਪਿੰਡ ਤੋਂ ਬਾਹਰ ਮਸੀਹ ਬਰਾਦਰੀ ਦਾ ਇੱਕ ਪ੍ਰਾਈਵੇਟ ਹੌਸਪੀਟਲ ਆ ਜਿਹਦੇ ਵਿੱਚ ਮੁਕੰਮਲ ਤੌਰ 'ਤੇ ਫਰੀ ਇਲਾਜ ਕੀਤਾ ਜਾਂਦਾ ਹੈ, ਹਰ ਕਿਸਮ ਦਾ ਇਲਾਜ, ਅਤੇ ਕੋਈ ਪੈਸਾ ਨਹੀਂ ਲਿਆ ਜਾਂਦਾ। ਅਗਰ ਰੋਡ ਦੀ ਗੱਲ ਕਰਾਂ ਤਾਂ ਇਹ ਰੋਡ ਤੁਹਾਨੂੰ ਟੁੱਟਾ ਫੁੱਟਾ ਨਜ਼ਰ ਆ ਰਿਹਾ ਹੈ। ਬੇਸਿਕਲੀ ਅਸੀਂ ਸਮੁੰਦਰੀਓ ਪਿੰਡਾਂ ਦੇ ਵਿੱਚੋਂ ਦੀ ਸ਼ਾਰਟਕੱਟ ਰਾਸਤੇ ਥਾਣੀ ਗਏ ਹਾਂ ਤਾਂ ਕਿ ਇਹ ਪਿੰਡ ਦਾ ਰੋਡ ਕੋਈ ਐਡਾ ਖਾਸਾ ਨਹੀਂ, ਲੇਕਿਨ 51 ਖੁਸ਼ਪੁਰ ਦਾ ਜਿਹੜਾ ਮੇਨ ਰੋਡ ਨਾਰਾ ਡਾਡੇ ਵਾਲੀ ਸਾਈਡ 'ਤੇ ਆ ਉਹ ਬੜਾ ਵਧੀਆ ਰੋਡ ਹੈ। ਕਿਉਂਕਿ ਇਹ ਖੁਸ਼ਪੁਰ ਜਿਹੜਾ ਹੈ ਸਮੁੰਦਰੀ ਤੋਂ ਗੋਜਰ ਰੋਡ ਨੂੰ ਜਾਂਦਿਆਂ ਹੋਇਆਂ ਨਾਰੇ ਡਾਡੇ ਦੇ ਕੋਲ ਆ ਪੈਂਦਾ ਹੈ। ਸੱਜੀ ਸਾਈਡ 'ਤੇ ਅਗਰ ਦੇਖੀਏ ਤਾਂ ਇਹ ਜਿਹਾ ਤੁਹਾਨੂੰ ਤਲਾਬ ਨਜ਼ਰ ਆ ਰਿਹਾ ਹੈ। ਇਹ ਬੇਸਿਕਲੀ ਕੋਈ ਤਲਾਬ ਜਾਂ ਮੱਛੀ ਫਾਰਮ ਨਹੀਂ ਹੈ। ਇਹ ਜਿਹੜੀ ਪਿਛਲੇ ਦਿਨਾਂ 10-15 ਦਿਨ ਪਹਿਲੇ ਜਿਹੜੀਆਂ ਬਾਰਿਸ਼ਾਂ ਹੋ ਕੇ ਹਟੀਆਂ ਵਾਂ ਇਹ ਉਹਦਾ ਪਾਣੀ ਜਮ੍ਹਾਂ ਹੋਇਆ ਹੈ। ਕਿਉਂਕਿ ਖੁਸ਼ਪੁਰ ਦਾ ਜ਼ਰਈ ਰਕਬੇ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਕੋਈ 65 ਤੋਂ 70 ਮਰਬੇ ਦੇ ਵਿੱਚ ਮੁਸ਼ਤਮਿਲ ਹੈ ਇਹਦਾ ਜ਼ਰਈ ਰਕਬਾ। ਲੇਕਿਨ ਇਹਦੇ ਬਾਵਜੂਦ ਇਹਦੀ ਕੋਈ ਰਕਬਾ ਐਡਾ ਜ਼ਿਆਦਾ ਖੇਤੀਬਾੜੀ ਲਈ ਕਾਰਾਮਾ ਨਹੀਂ, ਜ਼ਿਆਦਾ ਜਿਹੜੇ ਉਹ ਸੇਮ ਜਿਹਦਾ ਇਲਾਕਾ ਜਿਹੜਾ ਉਹ ਮਿਲੇਗਾ। ਅਤੇ ਅਸੀਂ ਹੁਣ ਪਿੰਡ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਅਗਰ ਪਿੰਡ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬਾਜ਼ਾਰ ਕੋਈ ਐਡੇ ਖਾਸੇ ਚੰਗੇ ਨਹੀਂ। ਇੱਥੇ ਮੈਂ ਜੋ ਪਤਾ ਕੀਤਾ ਕਿ ਯਾਰ ਇੱਥੇ ਇਸ ਪਿੰਡ ਦੇ ਵਿੱਚ ਹਰ ਕਿਸਮ ਦੀ ਸਹੂਲਤ ਮੁਯੱਸਰ ਆ, ਲੇਕਿਨ ਇਸ ਪਿੰਡ ਦੇ ਬਾਜ਼ਾਰ ਅੱਛੇ ਨਹੀਂ। ਅਤੇ ਉਹਨਾਂ ਨੇ ਕਿਹਾ ਕਿ ਬਾਜ਼ਾਰ ਬਹੁਤ ਜ਼ਬਰਦਸਤ ਸੀ, ਲੇਕਿਨ ਮੁਕੰਮਲ ਹੋਣ ਤੋਂ ਬਾਅਦ, ਰੋਡ ਬਣਨ ਤੋਂ ਬਾਅਦ ਸੀਵਰੇਜ ਵਾਲੇ ਆ ਗਏ ਜਿਨ੍ਹਾਂ ਨੇ ਬਰਬਾਦ ਕਰ ਦਿੱਤੇ। ਲੇਕਿਨ ਹੁਣ ਫਿਰ ਗਰਾਂਡ ਆ ਰਹੀ ਹੈ ਅਤੇ ਇਨਸ਼ਾਅੱਲਾ ਇਹਦੇ ਬਾਜ਼ਾਰ ਵੀ ਬਹੁਤ ਅੱਛੇ ਅਤੇ ਸਾਫ਼ ਸੁਥਰੇ। ਆਹ ਹੁਣ ਅਸੀਂ ਬਾਹਰਲੇ ਬਾਜ਼ਾਰ ਥਾਣੀ ਜਾ ਰਹੇ ਸੀਗੇ ਅਤੇ ਤੁਸੀਂ ਇਸ ਪਿੰਡ ਦੇ ਵਿੱਚ ਵੀਡੀਓ 'ਚ ਗੌਰ ਕਰਿਓ ਕਿ ਹਰ ਬਾਜ਼ਾਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਰਕਾਰੀ ਬਿਲਡਿੰਗ, ਸਰਕਾਰੀ ਕੰਨ ਨਜ਼ਰ ਆਏਗੀ। ਕਿਉਂਕਿ ਹਰ ਕਿਸਮ ਦੀ ਜਿਹੜੀ ਜ਼ਰੂਰਤਿਆਤੀ ਜ਼ਿੰਦਗੀ ਦੀ ਚੀਜ਼ ਆ ਸਹੂਲਤ ਆ ਉਹ ਇਸ ਪਿੰਡ ਦੇ ਵਿੱਚ ਮਸੀਹ ਬਰਾਦਰੀ ਨੂੰ ਮੁਯੱਸਰ ਆ। ਇਹਦੀ ਵਜ੍ਹਾ ਕੀ ਆ ਉਹ ਵੀ ਮੈਂ ਦੱਸਦਾ ਵਾਂ। ਪਹਿਲੇ ਆ ਇੱਕ ਪੁਰਾਣੀ ਬਿਲਡਿੰਗ ਜਿਹੜੀ ਕਿ ਬੰਦ ਪਈ ਆ ਅਤੇ ਉਹ 'ਤੇ ਨਜ਼ਰ ਪਈ ਅਤੇ ਮੈਂ ਮੋਟਰਸਾਈਕਲ ਖਿਲਾਰ ਕੇ ਮੈਂ ਕਿਹਾ ਚਲੋ ਇਹਦੀ ਵੀ ਇੱਕ ਵਾਰੀ ਸ਼ਾਟ ਲੈ ਲਈਏ ਚਾਰ। ਇਹ ਦੇਖੋ ਬੜੀ ਅੱਛੀ ਖਾਸੀ ਬਿਲਡਿੰਗ ਆ ਅਤੇ ਪੁਰਾਣੀ ਬਿਲਡਿੰਗ ਆ। ਇਹ ਕਾਹਦੀ ਸੀ ਇਹਦਾ ਕੋਈ ਪਤਾ ਨਹੀਂ, ਕੋਈ ਤਖਤੀ ਨਹੀਂ ਆ, ਜਿਸ ਤਰ੍ਹਾਂ ਗੇਟ ਟੁੱਟਾ ਵਾ ਕੋਈ ਨਹੀਂ ਲੱਗਾ, ਅਤੇ ਲਿਹਾਜ਼ਾ ਇਹ ਇਸ ਟਾਈਮ ਬੰਦ ਪਈ ਆ। ਇਸ ਪਿੰਡ ਦਾ ਦੋਸਤੋ ਇੱਕ ਮਨਿਸਟਰ ਸੀਗਾ ਸ਼ਬਾਜ਼ ਪੱਟੀ ਮਸੀਹ, ਉਹ ਮਨਿਸਟਰ ਪਾਕਿਸਤਾਨ ਦਾ, ਉਹਨੇ ਬਹੁਤ ਇਸ ਪਿੰਡ ਦੇ ਦਾ ਯਾਨੀ ਜੰਮਪਲ ਇਸ ਪਿੰਡ ਦੀ ਸੀਗੀ। ਉਹਨੇ ਆਪਣੇ ਪਿੰਡ ਲਈ ਬਹੁਤ ਕੁਛ ਕਰਵਾਇਆ, ਬੜੀਆਂ ਇੱਥੇ ਸਹੂਲਤਾਂ, ਗੈਸ, ਹਰ ਕਿਸਮ ਦੀ ਜੋ ਵੀ ਜ਼ਿੰਦਗੀ 'ਚ ਚਾਹੀਦਾ ਵਾ ਉਹ ਇਸ ਪਿੰਡ ਨੂੰ ਮੁਯੱਸਰ ਕੀਤਾ। ਲੇਕਿਨ ਕਹਿੰਦੇ ਆ ਨਾ ਕਿ ਚੰਗੇ ਬੰਦੇ ਦੇ ਦਿਨ ਵੀ ਥੋੜ੍ਹੇ ਹੁੰਦੇ ਆ। ਮੁੜ ਕੇ ਇਹਨਾਂ ਨੂੰ ਕਿਸੇ ਨੇ ਉਸ ਸ਼ਬਾਜ਼ ਪੱਟੀ ਮਸੀਹ ਨੂੰ ਕਤਲ ਕਰਵਾ ਦਿੱਤਾ ਸੀ। ਉਹਦੀ ਕਬਰ 'ਤੇ ਵੀ ਜਾਵਾਂਗੇ, ਉਸ ਕਬਰ ਦੀ ਵੀ ਤਸਵੀਰ ਦਿਖਾਵਾਂਗਾ ਤੁਹਾਨੂੰ, ਬਣਾ ਕੇ ਵੀਡੀਓ ਦਿਖਾਵਾਂਗਾ। ਸਭ ਤੋਂ ਪਹਿਲੇ ਚਰਚ ਜਾਂਦੇ ਹਾਂ, ਇਹਨਾਂ ਦਾ ਪਿੰਡ ਦਾ ਜਿਹੜਾ ਮੇਨ ਵੱਡਾ ਚਰਚ ਆ ਉਹਦੀ ਵੀਡੀਓ ਵੀ ਤੁਹਾਨੂੰ ਦਿਖਾਉਂਦਾ ਵਾਂ। ਅਤੇ ਨਾਲ ਤਮਾਮ ਵੀਰਾਂ ਨੂੰ ਕਹਿੰਦਾ ਵਾਂ ਕਿ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ